ਬਠਿੰਡਾ ਦੇ ਪੈਨਸ਼ਨ ਭਵਨ ਵਿਖੇ ਅੱਜ ਪੈਨਸ਼ਨ ਐਸੋਸੀਏਸ਼ਨ ਵੱਲੋਂ ਕੀਤੀ ਗਈ ਇੱਕ ਹੰਗਾਮੀ ਮੀਟਿੰਗ। ਇਸ ਮੌਕੇ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਅਸੀਂ ਅੱਜ ਦੀ ਮੀਟਿੰਗ ਵਿੱਚ ਅਸੀਂ ਸਰਕਾਰ ਪ੍ਰਤੀ ਗੁੱਸਾ ਜ਼ਾਹਰ ਕਰ ਰਹੇ ਹਾਂ ਕਿ ਸਰਕਾਰ ਸਾਡੀ ਪੇ ਕਮਿਸ਼ਨ ਜੋ ਰੁਕਿਆ ਹੋਇਆ ਉਸ ਨੂੰ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ। ਪਹਿਲਾਂ ਸਰਕਾਰ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਅਸੀਂ ਪੇ ਕਮਿਸ਼ਨ 31/12/2020 ਤੱਕ ਲਾਗੂ ਕਰ ਦੇਵਾਂਗੇ, ਪਰ ਹੁਣ ਆਪਣੀ ਮਰਜ਼ੀ ਨਾਲ ਇਸ ਦੀ ਡੇਟ ਅੱਗੇ 28/2/2021 ਕਰ ਦਿੱਤੀ ਹੈ। ਇਸ ਲਈ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਅੱਜ ਦੀ ਜਿਹੜੀ ਮੀਟਿੰਗ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਸਾਡੀ ਇਹ ਮੰਤਰੀ ਮੀਟਿੰਗ ਸੀ। ਮੰਤਰੀ ਮੀਟਿੰਗ ਦੇ ਵਿੱਚ ਅਸੀਂ ਸਰਕਾਰ ਦੇ ਪ੍ਰਤੀ ਰੋਸ ਪ੍ਰਗਟ ਕੀਤਾ ਕਿ ਸਾਡਾ ਪੇ ਕਮਿਸ਼ਨ ਆ ਜਿਹੜਾ ਉਹ ਲਾਗੂ ਕੀਤਾ ਜਾਵੇ। ਦੂਸਰਾ ਜਿਹੜਾ ਕਿਸਾਨਾਂ ਦਾ ਸੰਘਰਸ਼ ਆ ਉਹਦੀ ਅਸੀਂ ਹਿਮਾਇਤ ਕਰਦੇ ਹਾਂ, ਅਤੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ ਮੋਦੀ ਸਰਕਾਰ ਰਿਲੀਫ ਦੇ ਰਹੀ ਹੈ ਉਹਦੀ ਅਸੀਂ ਨਿਖੇਧੀ ਕਰਨਾ ਕੀ ਕਹਿਣਾ ਚਾਹੁੰਦਾ। ਮੇਰਾ ਨਾਮ ਸੁਖਦੇਵ ਸਿੰਘ ਚੌਹਾਨ ਹੈ ਜੀ, ਮੈਂ ਪੈਨਸ਼ਨਰ ਐਸੋਸੀਏਸ਼ਨ PCL ਜਿਹੜਾ ਹੈਗਾ ਪੰਜਾਬ ਦਾ ਜੀ ਜੀ ਹੁੰਦਾ ਸੀ ਪਹਿਲਾਂ ਉਹਦਾ ਡਿਵੀਜ਼ਨ ਪ੍ਰਧਾਨ ਆ। ਅੱਜ ਜਿਹੜੀ ਸਾਡੀ ਮੀਟਿੰਗ ਹੈ ਇਹ ਪਹਿਲਾਂ ਹੀ ਉਲੀਕੇ ਪ੍ਰੋਗਰਾਮ ਅਨੁਸਾਰ ਹਰ ਮਹੀਨੇ ਹੁੰਦੀ ਹੈ, ਮਹੀਨਾਵਾਰ ਮੀਟਿੰਗ ਹੈ। ਪਰ ਇਹਦੇ ਵਿੱਚ ਅੱਜ ਅਸੀਂ ਇਹ ਜਿਹੜੀ ਗੱਲ ਸਰਕਾਰ ਜਿਹੜੀ ਕਰ ਰਹੀ ਆ ਉਹਦੇ ਖਿਲਾਫ ਵਿਚਾਰ ਕਰ ਰਹੇ ਹਾਂ, ਕਿਉਂਕਿ ਇਹਨਾਂ ਨੇ ਸਾਡਾ ਜਿਹੜਾ ਪੇ ਕਮਿਸ਼ਨ ਆ ਉਹ ਰੋਕਿਆ ਹੋਇਆ ਸੀ। ਸਾਨੂੰ ਭਰੋਸਾ ਦਿੱਤਾ ਸੀ ਵੀ 31/12/2020 ਤੱਕ ਇਹਨੂੰ ਰਿਲੀਜ਼ ਕਰ ਦਾਂਗੇ, ਉਹਦੀ 31 ਨੂੰ ਹੀ ਡੇਟ ਵਧਾ ਕੇ ਇਹਨਾਂ 28/2/2021 ਕਰ ਦਿੱਤੀ ਹੈ। ਇਹ ਵਾਰ ਵਾਰ ਵਧਾ ਰਹੇ ਨੇ, ਇਹਦਾ ਅਸੀਂ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਮੁਲਾਜ਼ਮਾਂ ਦੇ ਵਿੱਚ, ਪੈਨਸ਼ਨਰਾਂ ਦੇ ਵਿੱਚ ਇਹਦਾ ਬਹੁਤ ਤਕੜਾ ਰੋਂਦਾ। ਸਰਗਰਮੀ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਦਾ ਬਟਨ ਦਬਾਓ ਅਤੇ ਲਾਈਕ ਕਰੋ।